ਨਹੀਂ ਓਟੀਪੀ ਕੁਛ ਨਹੀਂ ਮੰਗਿਆ ਕੱਲ ਸਿਰਫ ਮੇਰਾ ਨਾਮ ਪੁੱਛਿਆ ਸੀਗਾ ਤੇ ਮੇਰੇ ਨਾਲ ਇਹ ਗੱਲਾਂ ਕਰੀਏ ਫੋਨ ਤੇ ਓਟੀਪੀ ਮੈਨੂੰ ਨਿਕਲਣ ਤੋਂ ਬਾਅਦ ਆਇਆ ਅਨਨੋਨ ਨੰਬਰ ਸੀ ਤੇ ਮੈਂ ਉਹ ਚੱਕ ਲਿਆ ਫਿਰ ਉਹਨਾਂ ਦਾ ਮੈਨੂੰ 1:30 ਵਜੇ ਫੋਨ ਆਇਆ ਕਹਿੰਦੇ ਵੀ ਤੁਸੀਂ ਕ੍ਰੈਡਿਟ ਕਾਰਡ ਬੁਲਾਇਆ ਕੋਈ ਵਰਤ ਰਹੇ ਹੋ ਮੈਂ ਕਿਹਾ ਜੀ ਹਾਂਜੀ ਵਰਤ ਰਿਹਾ ਕਹਿੰਦੇ ਅੱਛਾ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਦਾ ਤੁਸੀਂ ਏਟੀਐਮ ਤੁਹਾਨੂੰ ਦੇ ਰਿਹਾ ਸੀ ਉਹਦੀ 2.5 ਲੱਖ ਰੁਪਈਆ ਲਿਮਿਟ ਹੋਊਗੀ ਸਾਈਬਰ ਠੱਗ ਲੋਕਾਂ ਦੇ ਖਾਤਿਆਂ ਵਿੱਚੋਂ ਨਗਦੀ ਉਡਾਉਣ ਦੇ ਨਵੇਂ ਨਵੇਂ ਤਰੀਕੇ ਲੱਭਦੇ ਰਹਿੰਦੇ ਨੇ ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਾਸੀ ਇੱਕ ਵਿਅਕਤੀ ਨੂੰ ਆਪਣੇ ਨੰਬਰ ਤੇ ਕ੍ਰੈਡਿਟ ਕਾਰਡ ਲਈ ਆਈ ਇੱਕ ਅਣਪਛਾਤੇ ਵਿਅਕਤੀ ਦੀ ਕਾਲ ਚੁੱਕਣੀ ਹੀ ਇੰਨੀ ਮਹਿੰਗੀ ਪੈ ਗਈ ਕਿ ਉਸਦੇ ਖਾਤੇ ਨੂੰ 5 ਮਿੰਟਾਂ ਵਿੱਚ ਹੀ ਠੱਗਾਂ ਨੇ ਖਾਲੀ ਕਰ ਦਿੱਤਾ। ਸ਼ਹਿਰ ਵਾਸੀ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਨੰਬਰ ਤੋਂ ਕਾਲ ਆਈ ਸੀ ਜਿਸ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹਨਾਂ ਨੇ ਕ੍ਰੈਡਿਟ ਕਾਰਡ ਲਈ ਅਪਲਾਈ ਕੀਤਾ ਸੀ ਅਤੇ ਉਹ ਵਿਅਕਤੀ ਇਸ ਸੰਬੰਧੀ ਜਾਣਕਾਰੀ ਲੈਣ ਲੱਗਾ। ਗੁਰਜਿੰਦਰ ਦੇ ਅਨੁਸਾਰ ਉਸਨੇ ਉਸ ਵਿਅਕਤੀ ਨਾਲ ਕੁਝ ਮਿੰਟ ਦੀ ਗੱਲਬਾਤ ਦੌਰਾਨ ਆਪਣਾ ਸਿਰਫ ਨਾਮ ਹੀ ਸ਼ੇਅਰ ਕੀਤਾ ਸੀ ਪਰ ਜਦ ਉਹਨਾਂ ਨੇ ਇਹ ਕਾਲ ਕੱਟੀ ਤਾਂ ਉਹਨਾਂ ਨੂੰ ਧੜਾ ਧੜ 3 ਮੈਸੇਜ ਆ ਗਏ ਜਿਸ ਵਿੱਚ ਉਹਨਾਂ ਦੇ ਕਰੀਬ 75,000 ਰੁਪਏ ਕੱਟੇ ਗਏ ਸਨ। ਇਸ ਦੌਰਾਨ ਉਹਨਾਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਗੁਰਜਿੰਦਰ ਸਿੰਘ ਹੈ ਜੀ। ਮੈਂ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਤੇ ਵਸੀ ਹਾਂ। ਕੀ ਘਟਨਾ ਕੀ ਹੋਈ ਤੁਹਾਡੇ ਨਾਲ? ਘਟਨਾ ਜੀ 9 ਤਰੀਕ ਨੂੰ ਕੋਈ ਦੁਪਹਿਰੇ ਜੇ ਮੈਨੂੰ ਫੋਨ ਆਇਆ ਕੋਈ ਹੈਦਰਾਬਾਦ ਨੰਬਰ ਤੋਂ, ਉਹਦਾ ਥੱਲੇ ਹੈਦਰਾਬਾਦ ਲਿਖਿਆ ਆ ਰਿਹਾ ਸੀ, ਅਨਨੋਨ ਨੰਬਰ ਸੀ ਤੇ ਮੈਂ ਉਹ ਚੱਕ ਲਿਆ। ਮੈਨੂੰ ਕਹਿੰਦੇ ਵੀ ਤੁਸੀਂ ਆਪਣਾ ਕ੍ਰੈਡਿਟ ਕਾਰਡ ਅਪਲਾਈ ਕੀਤਾ ਹੈ ਪੰਜਾਬ ਨੈਸ਼ਨਲ ਬੈਂਕ ਦਾ? ਮੈਂ ਕਿਹਾ ਜੀ ਨਹੀਂ ਮੈਂ ਨਹੀਂ ਕੀਤਾ ਗਾ ਅਪਲਾਈ, ਅਤੇ ਅਖੇ ਤੁਹਾਨੂੰ ਨਹੀਂ ਤੁਸੀਂ ਕੀਤਾ ਹੋਇਆ ਹੈਗਾ। ਮੈਂ ਮੈਂ ਨਹੀਂ ਕੀਤਾ ਗਾ। ਚਲੋ ਮੇਰੀ 2-3 ਮਿੰਟ ਉਹਨਾਂ ਨਾਲ ਗੱਲ ਹੋਈ, ਮੈਂ ਬਾਹਰ ਸੀਗਾ, ਮੈਂ ਕੱਟਤਾ ਫੋਨ। ਫਿਰ 10 ਤਰੀਕ ਨੂੰ ਫਿਰ ਉਹਨਾਂ ਦਾ ਮੈਨੂੰ 1:30 ਵਜੇ ਫੋਨ ਆਇਆ ਕਹਿੰਦੇ ਵੀ ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕੋਈ ਵਰਤ ਰਹੇ ਹੋ? ਮੈਂ ਕਿਹਾ ਜੀ ਹਾਂਜੀ ਵਰਤ ਰਿਹਾ। ਅਖੇ ਕਿਹੜਾ ਵਰਤ ਰਹੇ ਹੋ? ਮੈਂ ਕਿਹਾ ਜੀ ICICI ਬੈਂਕ ਦਾ ਵਰਤ ਰਿਹਾ। ਅੱਛਾ ਕੀ ਨਾਮ 'ਤੇ ਹੈ? ਮੈਂ ਕਿਹਾ ਜੀ ਗੁਰਜਿੰਦਰ ਸਿੰਘ ਦੇ ਨਾਮ। ਮੈਂ ਪਹਿਲਾਂ ਉਹਨੂੰ ਕਿਹਾ ਗੁਰਵਿੰਦਰ ਸਿੰਘ ਦੇ ਨਾਮ 'ਤੇ ਹੈ, ਕਹਿੰਦੇ ਗੁਰਵਿੰਦਰ ਸਿੰਘ ਦੇ ਨਾਮ 'ਤੇ ਨਹੀਂ। ਮੈਂ ਕਿਹਾ ਜੀ ਗੁਰਜਿੰਦਰ ਸਿੰਘ ਦੇ ਨਾਮ 'ਤੇ। ਅੱਛਾ ਉਹ ਕਹਿੰਦੇ ਅੱਛਾ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਦਾ ਤੁਸੀਂ ਏਟੀਐਮ ਤੁਹਾਨੂੰ ਦੇ ਰਿਹਾ ਸੀ ਉਹਦੀ 2.5 ਲੱਖ ਰੁਪਈਆ ਲਿਮਿਟ ਹੋਊਗੀ ਅਤੇ ਤੁਹਾਨੂੰ ਉਹ 2-3 ਦਿਨਾਂ ਦੇ ਵਿੱਚ ਇਸ਼ੂ ਹੋ ਜੂਗਾ। ਇਹ ਗੱਲ ਕਰਦੇ ਕਰਦੇ ਵਿੱਚ ਮੈਨੂੰ ICICI ਬੈਂਕ ਦਾ ਕਾਲ ਆ ਗਈ। ਜਦੋਂ ICICI ਬੈਂਕ ਦੀ ਕਾਲ ਆਈ ਤਾਂ ਮੈਂ ਚੱਕਿਆ ਉਹ ICICI ਬੈਂਕ, ਉਹਦਾ ਮੈਂ ਹੋਲਡ ਕਰਤਾ ਅਤੇ ICICI ਬੈਂਕ ਦਾ ਕਾਲ ਚੱਕ ਲਈ। ਉਹ ਕਹਿੰਦੇ ਵੀ ਤੁਹਾਡੇ ਨਾਲ ਫਰੋਡ ਹੋ ਰਿਹਾ ਜੇ ਅਤੇ ਤੁਹਾਡੀ ਖਾਤਾ ਕਿਸੇ ਨੇ ਹੈਕ ਕਰ ਲਿਆ। ਅਤੇ ਮੈਂ ਨਾਲ ਦੇ ਨਾਲ ਉਸ ਟਾਈਮ ਕਹਿੰਦੇ 9 ਨਵਾਓ, ਮੈਂ 9 ਨੱਪਤਾ, ਪਰ 9 ਨੱਪਣ ਤੋਂ ਪਹਿਲਾਂ ਹੀ ਮੇਰੇ ਖਾਤੇ ਦੇ ਵਿੱਚੋਂ ਉਸ ਤੋਂ 70,400+ ਰੁਪਏ ਕੱਢ ਲਏ। ਇਹ ਆਪਣਾ ਕ੍ਰੈਡਿਟ ਕਾਰਡ ਸੀ ਮੇਰਾ। ਇਹ ਤੁਹਾਡੇ ਤੋਂ ਕੋਈ OTP ਮੰਗਿਆ ਗਿਆ ਸੀ? ਨਹੀਂ OTP ਕੁਛ ਨਹੀਂ ਮੰਗਿਆ, ਕੱਲ ਸਿਰਫ ਮੇਰਾ ਨਾਮ ਪੁੱਛਿਆ ਸੀਗਾ ਅਤੇ ਮੇਰੇ ਨਾਲ ਇਹ ਗੱਲਾਂ ਕਰੀਏ ਫੋਨ 'ਤੇ। OTP ਮੈਨੂੰ ਨਿਕਲਣ ਤੋਂ ਬਾਅਦ ਆਇਆ OTP ਜਦੋਂ ਤੁਸੀਂ ਫੋਨ ਕੱਟਿਆ ਉਦੋਂ ਮੈਸੇਜ ਆਏ ਪਏ ਸੀ? ਹਾਂ, ਉਸ ਤੋਂ ਬਾਅਦ ਮੈਸੇਜ ਆਏ ਮੈਨੂੰ OTP ਦੇ। ਕਿੰਨੀਆਂ ਟ੍ਰਾਂਜੈਕਸ਼ਨਾਂ ਚਾਹੀਦੀ? 3 ਟ੍ਰਾਂਜੈਕਸ਼ਨ ਹੈਗੀ, 70,700 ਦੀ, 3,000, 100+ ਦੀ, 500+ ਦੀ। ਕਿਸੇ ਨੂੰ ਸ਼ਿਕਾਇਤ ਕੀਤੀ ਹੋਈ? ਸ਼ਿਕਾਇਤ ਥਾਣੇ ਸਿਟੀ 'ਚ ਵੀ ਮੈਂ FIR ਦਰਜ ਕਰਵਾਈ ਵੀ ਹੈ, ਬੈਂਕ ਕੋਲ ICICI ਬੈਂਕ ਕੋਲ ਵੀ ਮੈਂ ਆਪਣੀ ਕੰਪਲੇਂਟ ਦਰਜ ਕਰਵਾਤੀ ਸੀਗੀ ਅਤੇ ਉਹਨਾਂ ਨੇ ਆਪਣੇ RBI ਨੂੰ ਵੀ ਮੇਲ ਕਰਤੀ ਸੀ ਅਤੇ ਆਪਦੇ ਹੈੱਡ ਆਫਿਸ ਨੂੰ ਵੀ ਮੇਲ ਕਰਤੀ ਸੀ। ਉੱਥੋਂ ਵੀ ਮੈਨੂੰ ਉਹਨਾਂ ਦੇ ਫੋਨ ਆ ਚੁੱਕੇ, ਉਹਨਾਂ ਨੇ ਮੇਰਾ ਬਿਆਨ ਦਰਜ ਕਰ ਲਿਆ। ਬੈਂਕ ਵਾਲੇ ਤਾਂ ਬਸ ਇਹੀ ਮੈਨੂੰ ਪੁੱਛਿਆ ਸੀ ਵੀ ਤੁਹਾਡੇ ਕੋਲ ਕੀ ਕੁਛ ਤੁਹਾਡੇ ਹੋਇਆ। ਮੈਂ ਉਹਨਾਂ ਜਿਵੇਂ ਮੇਰੇ ਨਾਲ ਘਟਨਾ ਹੋਈ ਤੁਹਾਨੂੰ ਦੱਸੀ, ਉਸ ਤਰ੍ਹਾਂ ਹੀ ਮੈਂ ਉਹਨਾਂ ਨੂੰ ਦੱਸਤੀ। ਕੋਈ 2 ਐਪਲੀਕੇਸ਼ਨ ਦੱਸ ਰਹੇ ਸੀ ਤੁਸੀਂ ਫੋਨ ਦੀਆਂ? ਹਾਂਜੀ। ਕੀ ਨਾਮ ਕੋਈ ਦੱਸੋ ਉਹਦੇ 'ਚ? ਕੋਈ ਮੈਨੂੰ ਤਾਂ ਮੈਂ ਬੜਾ ਪੜ੍ਹਿਆ ਲਿਖਿਆ ਨਹੀਂ ਗਾ ਅਸਲ, ਅਤੇ ਮੈਂ ਮੇਰੇ ਕੋਲ ਤਾਂ ਆਹ ਪਤਾ ਵੀ ਮੈਸੇਜ ਆਏ ਸੀ ਮੈਨੂੰ ਆਹ। ਹਾਂਜੀ, ਜਦੋਂ ਮੈਨੂੰ ਫੋਨ, ਮੈਂ ਬੈਂਕ 'ਚ ਗਿਆ ਉਹਦੀ ਕੰਪਲੇਂਟ ਲਿਖਾਉਣ ਵਾਸਤੇ, ਉਹ ਕਹਿੰਦੇ ਵੀ CRD ਇੱਕ ਐਪ ਹੈ, ਉਹ ਕ੍ਰੈਡਿਟ ਸਕੋਰ ਚੈੱਕ ਕਰਦੀ ਹੈ ਤੁਹਾਡਾ, ਉਹਦੇ ਥਰੂ ਵੀ ਤੁਹਾਡੇ ਪੈਸੇ ਗਏ ਆ, ਪਰ ਉਹ ਲਿਮਿਟਡ ਕੰਪਨੀ ਹੈ। ਪਰ ਜਦੋਂ ਮੈਂ ਦੇਖਿਆ 1:32 'ਤੇ 10 ਤਰੀਕ ਨੂੰ, ਉਹਦੇ 'ਤੇ ਮੈਨੂੰ OTP ਆਇਆ ਹੋਇਆ, ਹਲਕੀ ਕਿ ਉਹ ਮੇਰੇ ਕੋਲ ਡਾਊਨਲੋਡ ਨਹੀਂ ਕੀਤੀ ਵੀ ਸੀ, ਉਹ ਬਾਅਦ 'ਚ ਵਿੱਚ ਮੈਂ ਕੀਤੀ ਵੀ ਉਹ ਚੈੱਕ ਕਰਨ ਮਾਰਿਆ 3:30 ਵਜੇ, ਅਤੇ ਇਸ ਥਰੂ ਵੀ ਗਏ ਹੋਏ ਪੈਸੇ ਮੇਰੇ। ਆਹ ਦੇਖੋ 1:32 'ਤੇ ਇਹ ਆਇਆ ਹੋਇਆ ਕਨਫਰਮ। ਇਹ ਉਦੋਂ ਦਾ ਜਦੋਂ ਤੁਹਾਨੂੰ ਕਾਲ ਆਈ ਸੀ ਜਾਂ ਪਹਿਲਾਂ ਦਾ? ਜਦੋਂ ਕਾਲ ਆਈ ਸੀ 1:30 ਵਜੇ ਕਾਲ ਆਈ, ਉਦੋਂ ਹੀ ਜਦੋਂ ਪੈਸੇ ਨਿਕਲੇ ਆ ਕਾਰਡ 'ਚੋਂ ਉਸ ਵੇਲੇ ਦੇ। ਸ੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੁੱਡੇ ਦੀ ਰਿਪੋਰਟ, ਰੰਗਲਾ TV।